ਤਾਂ ਦੇਖਦੇ ਹੋ ਕਿਉਂਕਿ ਵਿਰੋਧੀ ਲਗਾਤਾਰ ਕਹਿ ਰਹੇ ਨੇ ਕਿ ਜਿਹੜਾ ਬਜਟ ਹੈ ਪੰਜਾਬ ਦੇ ਲਈ ਮਤਰੇਈ ਮਾਂ ਵਾਲਾ ਸਲੂਕ ਜਿਹੜਾ ਕੇਂਦਰ ਦੇ ਵੱਲੋਂ ਕੀਤਾ ਗਿਆ। ਦੂਸਰਾ ਸਰ, ਇੱਕ ਅੰਮ੍ਰਿਤਪਾਲ ਜਿਹੜੇ ਆ ਉਹ MP ਬਣੇ ਹੈਗੇ ਆ, ਲੇਕਿਨ ਜਿਹੜਾ ਉਹ ਵੀ ਆਰੋਪ ਲਗਾਇਆ ਜਾ ਰਿਹਾ ਹੈਗਾ ਕਿ ਸੈਂਟਰ ਦੀ ਸਰਕਾਰ ਜਿਹੜਾ ਉਹਨਾਂ ਨੂੰ ਲੋਕਾਂ ਦੀ ਗੱਲ ਰੱਖਣ ਦੇ ਲਈ ਸੰਸਦ ਦੇ ਵਿੱਚ ਆਉਣ ਦਾ ਜਿਹੜਾ ਮੌਕਾ ਉਹਨਾਂ ਨੂੰ ਨਹੀਂ ਦੇ ਰਹੇ। ਸੋ ਇਸ ਕਰਕੇ ਅੰਮ੍ਰਿਤਪਾਲ ਜੀ ਨੇ ਜਿਹੜਾ ਪਹਿਲਾਂ ਐਂਟੀ ਨੈਸ਼ਨਲ ਜੇ ਕੋਈ ਗੱਲਾਂ ਉਹਨਾਂ ਨੇ ਕੀਤੀਆਂ ਨੇ ਜਾਂ ਕੋਈ ਕਾਰਵਾਈਆਂ ਹੋਈਆਂ ਨੇ, ਥਾਣੇ 'ਤੇ ਹਮਲੇ ਹੋਏ ਨੇ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਦਾ ਦੱਸਣਾ ਪਏਗਾ, ਆਪਣੇ ਹੱਕ ਦੀ ਗੱਲ ਕਰਕੇ ਦੱਸਣਾ ਪਏਗਾ ਵੀ ਉਹ ਕਿਉਂ ਹੋਈਆਂ। ਜੇ ਉਹਦੇ 'ਚ ਉਹ ਕਸੂਰਵਾਰ ਨਹੀਂ ਤਾਂ ਕੋਈ ਗੱਲ ਨਹੀਂ। ਪੰਜਾਬ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਕਿੱਦਾਂ ਦੇਖਦੇ ਹੈਗੇ? ਦੇਸ਼ ਦੀ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਜਿਹੜਾ ਬਜਟ ਹੈ ਦੇਸ਼ ਭਰ ਦਾ ਉਹ ਜਿਹੜਾ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅੱਜ ਫਿਰੋਜ਼ਪੁਰ ਦੇ ਵਿੱਚ ਭਾਜਪਾ ਦੇ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਹੋਣਾ ਦੇ ਵੱਲੋਂ ਜਿਹੜਾ ਹੈ ਉਹ ਉਸ ਬਜਟ ਨੂੰ ਲੈ ਕੇ ਦੱਸਿਆ ਗਿਆ ਹੈਗਾ ਕਿ ਇਹ ਜਿਹੜਾ ਬਜਟ ਹੈ ਉਹ ਪੰਜਾਬ ਦੇ ਲਈ ਕਿੰਨਾ ਬਿਹਤਰ ਹੈਗਾ ਔਰ ਇਸ ਤੋਂ ਇਲਾਵਾ ਜਿਹੜਾ ਹੈ ਉਹ ਆਮ ਲੋਕਾਂ ਦੇ ਲਈ ਹੈਗਾ। ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਮੌਜੂਦ ਹੈਗੇ ਨੇ ਰਾਣਾ ਗੁਰਮੀਤ ਸਿੰਘ ਸੋਢੀ, ਸਾਡੇ ਨਾਲ ਮੌਜੂਦ ਹੈਗੇ ਨੇ। ਸਰ, ਦੇਸ਼ ਦਾ ਬਜਟ ਜਿਹੜਾ ਮੌਜੂਦਾ ਪੇਸ਼ ਕੀਤਾ ਗਿਆ, ਤੁਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ ਬਜਟ ਨੂੰ ਲੈ ਕੇ, ਕਿੱਦਾਂ ਦੇਖਦੇ ਹੋ? ਕਿਉਂਕਿ ਵਿਰੋਧੀ ਲਗਾਤਾਰ ਕਹਿ ਰਹੇ ਨੇ ਕਿ ਜਿਹੜਾ ਬਜਟ ਹੈ ਪੰਜਾਬ ਦੇ ਲਈ ਮਤਰੇਈ ਮਾਂ ਵਾਲਾ ਸਲੂਕ ਜਿਹੜਾ ਕੇਂਦਰ ਦੇ ਵੱਲੋਂ ਕੀਤਾ ਗਿਆ। ਉਹਨਾਂ ਦੇ ਜਿਹੜਾ ਉਹ ਜਿਹੜੀ ਸਾਨੂੰ ਅਕਿਊਜ਼ ਕਰ ਰਹੇ ਨੇ, ਸਾਡੇ 'ਤੇ ਇਲਜ਼ਾਮ ਲਗਾ ਰਹੇ ਨੇ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈ। ਇਹ ਬਜਟ ਬਹੁਤ ਅੱਛਾ ਹੈ, ਇਹ ਨੌਜਵਾਨਾਂ ਵਾਸਤੇ ਹੈ, ਸਾਡੀਆਂ ਭੈਣਾਂ ਵਾਸਤੇ ਹੈ, ਬੱਚੀਆਂ ਵਾਸਤੇ ਹੈ, ਇੰਪਲੋਇਜ਼ ਵਾਸਤੇ ਹੈ ਔਰ ਫਾਰਮਰਸ ਵਾਸਤੇ ਹੈ। ਉਹਨਾਂ ਨੂੰ ਅੰਨਦਾਤਾ ਦਾ ਖਿਤਾਬ ਸੈਂਟਰ ਸਰਕਾਰ ਵੱਲੋਂ ਦਿੱਤਾ ਗਿਆ ਔਰ ਸਭ ਤੋਂ ਪਹਿਲਾਂ ਕੁਰਸੀ 'ਤੇ ਬੈਠਦਿਆਂ ਸਾਰ ਹੀ ਮੋਦੀ ਸਾਹਿਬ ਨੇ ਸਭ ਤੋਂ ਪਹਿਲਾਂ ਜਿਹੜੇ ਗਰੀਬ ਫਾਰਮਰ ਸੀਗੇ ਉਹਨਾਂ ਦੀ ਜਿਹੜੀ ਉਹ ਪੈਂਡਿੰਗ ਕਿਸ਼ਤ ਸੀਗੀ ਉਹ ਉਹਨਾਂ ਨੇ 1000 ਕਰੋੜ ਦੀ ਉਹ ਦਿੱਤੀ। ਫਿਰ ਜਿਹੜਾ 225 ਰੁਪਏ ਕੁਇੰਟਲ ਜਿਹੜਾ ਹੈਗਾ ਝੋਨੇ ਦੇ ਭਾਅ ਦੇ ਵਿੱਚ ਵਾਧਾ ਕੀਤਾ, ਅੱਜ ਤੱਕ ਕਿਸੇ ਸਰਕਾਰ ਨੇ ਇਸ ਤਰ੍ਹਾਂ ਦਾ ਨਹੀਂ ਕੀਤਾ। ਮੋਦੀ ਸਰਕਾਰ ਨੂੰ ਮੈਂ ਇਸ ਚੀਜ਼ ਦੀ ਮੁਬਾਰਕਬਾਦ ਦਿੰਦਾ, ਮੋਦੀ ਸਾਹਿਬ ਦਾ ਅਸੀਂ ਧੰਨਵਾਦ ਕਰਾਂ। ਸਰ, ਇਸ ਤੋਂ ਇਲਾਵਾ ਇੱਕ ਕੈਪਟਨ ਅਮਰਿੰਦਰ ਸਿੰਘ ਕਾਫੀ ਲੰਬੇ ਸਮੇਂ ਤੋਂ ਜਿਹੜਾ ਨਹੀਂ ਦਿਖਾਈ ਦੇ ਰਹੇ, ਤੁਸੀਂ ਉਹਨਾਂ ਦੇ ਕਾਫੀ ਨਜ਼ਦੀਕ ਹੋ, ਇਸ ਵੇਲੇ ਉਹ ਕਿੱਥੇ ਹੈਗੇ ਨੇ? ਉਹ ਕੈਪਟਨ ਸਾਹਿਬ ਆਪਣਾ ਇਲਾਜ ਕਰਵਾਉਣ ਬਾਹਰ ਗਏ ਸੀਗੇ, ਉਹ ਬਿਲਕੁਲ ਠੀਕ ਠਾਕ ਨੇ, ਵਾਪਸ ਆ ਗਏ ਨੇ। ਇਸ ਵੇਲੇ ਉਹ ਆਪਣੇ ਜਿਹੜਾ ਚੰਡੀਗੜ੍ਹ ਦਾ ਉਹਨਾਂ ਦਾ ਨਿਵਾਸ ਸਥਾਨ ਹੈ ਉੱਥੇ ਨੇ। ਦੂਸਰਾ ਸਰ, ਇੱਕ ਅੰਮ੍ਰਿਤਪਾਲ ਜਿਹੜੇ ਆ ਉਹ MP ਬਣੇ ਹੈਗੇ ਆ, ਲੇਕਿਨ ਜਿਹੜਾ ਉਹ ਵੀ ਆਰੋਪ ਲਗਾਇਆ ਜਾ ਰਿਹਾ ਹੈਗਾ ਕਿ ਸੈਂਟਰ ਦੀ ਸਰਕਾਰ ਜਿਹੜਾ ਉਹਨਾਂ ਨੂੰ ਲੋਕਾਂ ਦੀ ਗੱਲ ਰੱਖਣ ਦੇ ਲਈ ਸੰਸਦ ਦੇ ਵਿੱਚ ਆਉਣ ਦਾ ਜਿਹੜਾ ਮੌਕਾ ਉਹਨਾਂ ਨੂੰ ਨਹੀਂ ਦੇ ਰਹੇ। ਇਹ ਗੱਲ ਨਹੀਂ ਹੈਗੀ, ਉਹ ਆਪਣੀ ਗੱਲ ਰੱਖ ਸਕਦੇ ਨੇ, ਉਹ ਸਹੁੰ ਚੱਕਣ ਆਏ ਸੀ, ਕੋਈ ਬਿਆਨ ਉਹਨਾਂ ਨੇ ਦੇਣਾ ਉਹ ਦੇਣ, ਲੇਕਿਨ ਜਿਹੜੇ ਇਲਜ਼ਾਮ ਉਹਨਾਂ 'ਤੇ ਲੱਗੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਤਾਂ ਬੇਟਾ ਹੋਏਗੀ ਨਾ। ਅਸੀਂ ਸਰਕਾਰ ਕੋਈ ਵੀ ਹੋਵੇ, ਕੋਈ ਵੀ ਆਦਮੀ ਚਾਹੇ ਇਲੈਕਟ ਹੋ ਜਾਵੇ, ਚਾਹੇ ਵੀ ਕੋਈ ਚੀਫ ਮਿਨਿਸਟਰ ਹੋਵੇ, ਚਾਹੇ ਕੋਈ MP ਹੋਵੇ, ਚਾਹੇ ਕੋਈ MLA ਹੋਵੇ, ਉਹਦੇ 'ਤੇ ਜੇ ਕੋਈ ਇਲਜ਼ਾਮ ਲੱਗਦਾ ਹੈ ਔਰ ਉਹਦੀ ਕੋਈ ਜੇ ਸਬੂਤ ਮਿਲਦੇ ਨੇ ਉਹਨੂੰ ਉਸ ਪ੍ਰੋਸੈਸ ਥਾਣੀ ਜਾਣਾ ਪਏਗਾ। ਸੋ ਇਸ ਕਰਕੇ ਅੰਮ੍ਰਿਤਪਾਲ ਜੀ ਨੇ ਜਿਹੜਾ ਪਹਿਲਾਂ ਐਂਟੀ ਨੈਸ਼ਨਲ ਜੇ ਕੋਈ ਗੱਲਾਂ ਉਹਨਾਂ ਨੇ ਕੀਤੀਆਂ ਨੇ ਜਾਂ ਕੋਈ ਕਾਰਵਾਈਆਂ ਹੋਈਆਂ ਨੇ, ਥਾਣੇ 'ਤੇ ਹਮਲੇ ਹੋਏ ਨੇ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਉਹਦਾ ਦੱਸਣਾ ਪਏਗਾ, ਆਪਣੇ ਹੱਕ ਦੀ ਗੱਲ ਕਰਕੇ ਦੱਸਣਾ ਪਏਗਾ ਵੀ ਉਹ ਕਿਉਂ ਹੋਈਆਂ। ਜੇ ਉਹਦੇ 'ਚ ਉਹ ਕਸੂਰਵਾਰ ਨਹੀਂ ਤਾਂ ਕੋਈ ਗੱਲ ਨਹੀਂ।